ਸਰ ਕੈਪਟਨ ਅਮਰਿੰਦਰ ਸਿੰਘ ਇੱਕ ਗੱਲ ਸਪਸ਼ਟ ਕਰ ਚੁੱਕੇ ਹੈ ਕਿ ਉਹਨਾਂ ਦੀ ਅਖੀਰਲੀ ਚੋਣ, ਇਸ ਲਈ ਜਿਸ ਬੰਦੇ ਦੀ ਅਖੀਰਲੀ ਚੋਣ ਹੋਵੇ ਉਹਦੀ ਤਾਂ ਪਹਿਲੀ ਗੱਲ ਕੋਈ ਕਮਿਟਮੈਂਟ ਨਹੀਂ ਹੁੰਦੀ ਲੋਕਾਂ ਨਾਲ ਕਿ ਉਹਨੇ ਅਗਲੀ ਚੋਣ ਤਾਂ ਲੜਨੀ ਨਹੀਂ, ਜਿਹੜਾ ਮਰਜ਼ੀ ਝੂਠ ਬੋਲ ਦਿਓ, ਜਿਹੜਾ ਮਰਜ਼ੀ ਲਾਰਾ ਲਾ ਦਿਓ। ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਖੀਰਲੀ ਵਾਰੀ ਮੁੱਖ ਮੰਤਰੀ ਬਣਨ ਲਈ ਉਹਨਾਂ ਨੇ ਸਾਰੇ ਝੂਠੇ ਜਿੰਨੇ ਵਾਅਦੇ ਕਰ ਸਕਦੇ ਸੀ ਉਹ ਕਰ ਲਏ। ਜਦੋਂ ਮੁੱਖ ਮੰਤਰੀ ਸਨ ਉਹਨਾਂ ਦਾ ਖਜ਼ਾਨਾ ਮੰਤਰੀ ਲਾਲ ਸਿੰਘ ਸੀ, ਵਿਧਾਨ ਸਭਾ 'ਚ ਇਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਨੌਕਰੀਆਂ 'ਤੇ ਬੈਨ ਲਾ ਦਿੱਤਾ, ਅਤੇ ਉਦੋਂ ਬਿੱਲ ਲੈ ਲਏ ਕਿਸਾਨਾਂ ਕੋਲੋਂ। ਐਸ ਸੀ ਬੀ ਸੀ ਨੂੰ ਕੋਈ ਮਾਫ਼ੀ ਨਹੀਂ ਸੀ, ਗਰੀਬਾਂ ਦੀ ਵੈਲਫੇਅਰ ਸਹੂਲਤਾਂ, ਆਟਾ ਕਣਕ ਜਾਂ ਸ਼ਗਨ ਪੈਨਸ਼ਨ ਨਹੀਂ ਚੱਲਦੀ ਸੀ। ਅੱਜ ਕੀ ਹੋ ਗਿਆ, ਮਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ, ਬੰਦੇ ਤਾਂ ਨਹੀਂ ਨਾ ਬਦਲੇ, ਪਹਿਲਾਂ ਮਜਬੂਰੀ ਬਸ ਕਿ ਲੋਕਾਂ ਨੂੰ ਕਿਵੇਂ ਨਾ ਕਿਵੇਂ ਝੂਠ ਬੋਲ ਕੇ ਗੁੰਮਰਾਹ ਕਰਕੇ ਇੱਕ ਵਾਰੀ ਇਹ ਫੈਸਲਾ ਕਰ। ਘਰ ਘਰ ਨੌਕਰੀ ਦੀ ਜਿਹੜੀ ਅੱਜ ਗੱਲ ਕਰਦੇ ਆ, ਜਦੋਂ ਇਹਨਾਂ ਦੀ ਸਰਕਾਰ ਸੀ ਉਹਨੂੰ ਕਿੰਨਿਆਂ ਨੂੰ ਨੌਕਰੀ ਦਿੱਤੀ, ਨੌਕਰੀ 'ਤੇ ਬੈਨ ਕਿਹਨੇ ਲਾਇਆ, ਕੈਪਟਨ ਅਮਰਿੰਦਰ ਸਿੰਘ ਨੇ ਲਾਇਆ। ਇਸ ਲਈ ਇਹ ਝੂਠੇ ਵਾਅਦਿਆਂ ਦਾ ਇਹਨਾਂ ਦਾ ਕਿਸੇ ਨੇ ਮੂੰਹ ਨਹੀਂ ਲਾਉਣਾ।